ਭਗਵੰਤ ਮਾਨ ਨੇ ਆਪਣੇ ਵਜ਼ੀਰਾਂ ਨੂੰ, ਆਪਣੇ ਮੰਤਰੀਆਂ ਨੂੰ, ਲੀਡਰਾਂ ਨੂੰ ਆਖਰੀ ਵਾਰਨਿੰਗ ਦੇ ਦਿੱਤੀ ਹੈ। ਆਖਰੀ ਵਾਰਨਿੰਗ ਕਿਉਂ ਦਿੱਤੀ ਹੈ? ਕਿ ਕਿਸੇ ਨੇ ਕੋਈ ਗਲਤੀ ਕਰ ਦਿੱਤੀ ਹੈ, ਕਿ ਕਿਸੇ ਨੇ ਕੁਝ ਗਲਤ ਕੀਤਾ ਹੈ ਜਿਸ ਵਾਸਤੇ ਸੀਐਮ ਭਗਵੰਤ ਮਾਨ ਨਾਰਾਜ਼ ਨੇ? ਦਰਅਸਲ ਨਹੀਂ, ਸੀਐਮ ਭਗਵੰਤ ਮਾਨ ਨੇ ਆਪਣੇ ਅਧਿਕਾਰੀਆਂ ਨੂੰ, ਆਪਣੇ ਵਿਭਾਗੀ ਅਧਿਕਾਰੀਆਂ ਨੂੰ, ਆਪਣੇ ਮੰਤਰੀਆਂ ਨੂੰ, ਆਪਣੇ ਵਜ਼ੀਰਾਂ ਨੂੰ, ਵਿਧਾਇਕਾਂ ਨੂੰ, ਹਰ ਕਿਸੇ ਨੂੰ ਇਹ ਕਹਿ ਦਿੱਤਾ ਹੈ ਕਿ ਹੁਣ ਦਫ਼ਤਰਾਂ 'ਚ ਨਹੀਂ ਬਹਿਣਾ। ਜੇ ਕੋਈ ਦਫ਼ਤਰਾਂ 'ਚ ਬੈਠਾ ਨਜ਼ਰ ਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਵੀ ਹੋ ਸਕਦੀ ਹੈ। ਪਰ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦਫ਼ਤਰ 'ਚ ਨਾ ਬੈਠੋ, ਸਗੋਂ ਲੋਕਾਂ 'ਚ ਵਿਚਰੋ, ਲੋਕਾਂ 'ਚ ਜਾ ਕੇ ਲੋਕਾਂ ਦੀਆਂ ਲੋਕਾਂ ਦੀ ਸਹਾਇਤਾ ਕਰੋ, ਲੋਕਾਂ ਦੀ ਮਦਦ ਕਰੋ, ਲੋਕਾਂ ਦੀਆਂ ਤਕਲੀਫਾਂ ਦਾ ਹੱਲ ਕਰੋ, ਹੜ੍ਹ ਪੀੜਿਤ ਲੋਕਾਂ ਦੇ ਕੰਮ ਆਓ। ਇਸ ਕਰਕੇ ਸਰਕਾਰ ਜਿਹੜੀ ਬਣਾਈ ਗਈ ਹੈ ਲੋਕਾਂ ਵਾਸਤੇ ਬਣਾਈ ਗਈ ਹੈ। ਸੀਐਮ ਭਗਵੰਤ ਮਾਨ ਨੇ ਆਖਰੀ ਚੇਤਾਵਨੀ ਜ਼ਰੂਰ ਦੇ ਦਿੱਤੀ ਹੈ ਔਰ ਆਪਣੇ ਵਰਕਰਸ ਨੂੰ, ਆਪਣੇ ਵਿਧਾਇਕਾਂ ਨੂੰ, ਵਜ਼ੀਰਾਂ ਨੂੰ, ਮੰਤਰੀਆਂ ਨੂੰ, ਹਰ ਕਿਸੇ ਨੂੰ ਇਹੀ ਰਾਇ ਕੀਤੀ ਹੈ। ਆਪਣੇ ਅਧਿਕਾਰੀਆਂ ਨੂੰ, ਵਿਭਾਗੀ ਅਧਿਕਾਰੀਆਂ ਨੂੰ ਵੀ ਕਿਹਾ ਕਿ ਲੋਕਾਂ ਦੀ ਸੇਵਾ ਵਿੱਚ ਤਤਪਰ ਰਹੋ, ਲੋਕਾਂ ਦੀ ਮਦਦ ਵਿੱਚ ਤਤਪਰ ਰਹੋ, ਆਪਣੀਆਂ ਕੁਰਸੀਆਂ 'ਤੇ, ਆਪਣੇ ਦਫ਼ਤਰਾਂ 'ਚ ਨਾ ਬੈਠੇ ਰਹੋ। ਇਹ ਸੀਐਮ ਭਗਵੰਤ ਮਾਨ ਨੇ ਕਿਹਾ। ਆਪਣੇ ਵੀਡੀਓ ਬਿਆਨ ਦੇ ਵਿੱਚ ਜੋ ਸੀਐਮ ਭਗਵੰਤ ਮਾਨ ਬੋਲਦੇ ਨੇ, ਆਓ ਤੁਹਾਨੂੰ ਵੀ ਸੁਣਾਉਂਦੇ। ਆਉਣ ਵਾਲੇ ਦਿਨਾਂ 'ਚ ਦੇਖੋ, ਜੇ ਆਪਾਂ ਇਹਨਾਂ ਨੂੰ ਆਪਾਂ ਹੁਣ ਐਸ ਅੱਜ ਤੋਂ 20 ਦਿਨ ਪਿੱਛੇ ਚਲੇ ਜਾਈਏ ਤਾਂ ਵੀਡੀਓ ਆ ਰਹੀਆਂ ਸੀ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਸਾਡੇ ਖੇਤਾਂ 'ਚ, ਕੱਸੀਆਂ 'ਚ, ਸੂਹਿਆਂ 'ਚ। ਉਹ ਤਾਂਹੀਓ ਆਇਆ ਨਾ ਜੇ ਕੱਸੀਆਂ ਸੂਹੇ ਅਸੀਂ ਸਾਫ਼ ਕਰ ਲਏ। ਕਈ ਪਾਰਟੀਆਂ, ਵਿਰੋਧੀ ਪਾਰਟੀਆਂ ਕਹਿੰਦੇ ਕੱਸੀਆਂ ਸੂਹੇ ਪਹਿਲਾਂ ਸਾਫ਼ ਨਹੀਂ ਕਰੇ। ਉਹਨਾਂ ਨੇ ਤਾਂ ਕੱਸੀਆਂ ਸੂਹੇ ਦੇਖੇ ਹੀ ਨਹੀਂ ਸੀ ਕਿ ਹੈ ਕਿੱਥੇ ਨੇ। ਉਹ ਤਾਂ ਸਿਰਫ ਸਿੰਚਾਈ ਦੇ ਨਾਂ 'ਤੇ ਘਪਲੇ ਕਰਦੇ ਰਹੇ ਨੇ, ਉਹ ਤਾਂ ਸਿਰਫ ਨਹਿਰਾਂ ਦੇ ਨਾਂ 'ਤੇ ਘਪਲੇ ਕਰਦੇ ਰਹੇ ਨੇ। ਸਿੰਚਾਈ ਘਪਲਾ ਬਹੁਤ ਵੱਡਾ ਘਪਲਾ ਪੰਜਾਬ 'ਚ, ਪਤਾ ਨਾ ਜਾਂ ਚੱਲ ਰਹੀ ਉਹਦੀ। ਸੋ ਉਹ ਤਾਂ ਕਿਰਪਾ ਕਰਕੇ ਨਾ ਬੋਲਣ, ਅੱਜ ਦੇ ਮੌਕੇ 'ਤੇ ਨਾ ਬੋਲਣ, ਰਾਜਨੀਤੀ ਕਰਨ। ਇੱਕ ਮਿੰਟ ਮੈਨੂੰ ਜਵਾਬ ਦੇ ਲੈਣ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਰਸਾਤੀ ਨਦੀਆਂ ਜਾਂ ਐਸਕੇਪ ਰੂਟ ਨੇ ਪੁਰਾਣੇ ਜੀ, ਉਹ ਸਾਰੇ ਬੰਦ ਹੋਏ ਪਏ ਨੇ। ਉਹ ਵੀ ਸਾਨੂੰ ਪਤਾ ਲੱਗਿਆ ਇਸ ਵਾਰ ਕੁਛ ਕੁਦਰਤੀ ਵਹਾਅ ਪਾਣੀ ਦਾ ਜਿਹੜਾ, ਕੁਛ ਸੜਕਾਂ ਵੀ ਉੱਚੀਆਂ ਚੱਕਦੀਆਂ, ਕਿਸੇ ਨੇ ਘਰ ਉੱਚੇ ਚੱਕ ਲਏ, ਹੈ ਨਾ। ਤਾਂ ਸੜਕਾਂ ਉੱਚੀਆਂ ਚੱਕੀਆਂ ਗਈਆਂ, ਉਹ ਸਾਈਫਨ ਛੋਟੇ ਰਹਿ ਗਏ, ਤਾਂ ਉਹਦੇ ਕਰਕੇ ਵੀ ਸਾਨੂੰ ਬਹੁਤ ਜਗ੍ਹਾ 'ਤੇ ਪਤਾ ਲੱਗਿਆ ਕਿ ਪਹਿਲੀ ਵਾਰ ਉਹਨਾਂ ਪਿੰਡਾਂ 'ਚ ਹੜ੍ਹ ਆਇਆ, ਕਿਉਂਕਿ ਉੱਥੇ ਸੜਕ ਦੇ ਥੱਲੇ ਜਿਹੜੇ ਭੜੋਲੀਆਂ ਦੱਬੀਆਂ, ਉਹ ਨਹੀਂ ਉਹਨਾਂ ਪਾਣੀ ਖਿੱਚ ਸਕੀਆਂ। ਪਰ ਕੁਦਰਤੀ ਵਹਾਅ ਪਾਣੀ ਦਾ ਜਿਹੜਾ, ਉਹਨੂੰ ਨਹੀਂ ਤੋੜਨ ਦਿੱਤਾ ਜਾਊਗਾ। ਅਤੇ ਆਉਣ ਵਾਲੇ ਦਿਨਾਂ 'ਚ ਅਸੀਂ ਇਹੀ ਪਲੈਨਿੰਗ 'ਤੇ ਲੱਗੇ ਹਾਂ ਕਿ ਅਗਲੇ ਸਾਲ ਸਾਨੂੰ ਇਹ ਜੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਸਾਰੇ MLA, ਸਾਰੇ ਮੰਤਰੀ ਸਾਹਿਬਾਨ, ਸਾਰੇ ਡਿਪਟੀ ਕਮਿਸ਼ਨਰ, ਸਾਰੇ ਜਿਹੜੇ SSP ਸਾਹਿਬਾਨ, ਸਾਰਾ ਪ੍ਰਸ਼ਾਸਕੀ ਅਮਲਾ ਜਿਹੜਾ, ਉਹਨਾਂ ਨੂੰ ਸਖ਼ਤ ਨਿਰਦੇਸ਼ ਨੇ ਕਿ ਆਪਣੇ ਆਫਿਸ ਦੇ ਵਿੱਚ ਨਹੀਂ ਬਹਿਣਾ, ਲੋਕਾਂ ਦੇ ਵਿੱਚ ਰਹਿਣਾ। ਜੋ ਚਾਹੀਦਾ ਉਹ ਉੱਥੇ ਜਾ ਕੇ ਉਪਲਬਧ ਕਰਾਓ। ਕੋਈ ਲੜਾਈ ਹੁੰਦੀ ਹੈ, ਕੋਈ ਬੰਨ ਪਿੱਛੇ ਲੜਾਈ ਹੋ ਗਈ ਹੈ, ਉੱਥੇ ਪੁਲਿਸ ਪ੍ਰਸ਼ਾਸਨ ਚਾਹੀਦਾ ਕਿ ਐਵੇਂ ਕੋਈ ਅਣਸੁਖਾਵੀਂ ਘਟਨਾ ਨਾ ਹੋ ਜਾਵੇ। ਸੋ ਮੇਰਾ ਕੰਮ ਹੈ ਬਤੌਰ ਮੁੱਖ ਮੰਤਰੀ, ਜਾ ਕੇ ਮੈਂ ਵੀ ਆਇਆ, ਮੈਂ ਵੀ ਜਿਹੜਾ ਸਿੱਚੇਵਾਲ ਸਾਹਿਬ ਕੋਲ ਮੈਂ ਵੀ ਜਾ ਕੇ ਆਇਆ, ਤੁਸੀਬੰਦ 'ਤੇ ਜਾ ਕੇ ਆਇਆ, ਫਿਰੋਜ਼ਪੁਰ ਜਾ ਕੇ ਆਇਆ। ਪਰ ਮੇਰਾ ਕੰਮ ਹੈ ਕਿ ਦੋਨੇ ਸਟੇਟਾਂ ਨਾਲ ਗੱਲਬਾਤ ਕਰੀ, ਹਰਿਆਣੇ ਨਾਲ ਵੀ, ਹਿਮਾਚਲ ਨਾਲ ਵੀ, ਅਤੇ ਅੱਜ BBMB ਕੋਲ ਆਏ ਹਾਂ। ਇਹੀ ਬੇਨਤੀ ਕਰਨਾ ਹੈ ਕਿ ਪਾਣੀ ਜਿਹੜਾ ਸਾਡੇ ਇਲਾਕੇ ਬਹੁਤ ਮਰ ਗਏ, ਇਸ ਤਰ੍ਹਾਂ ਦੇ ਨਾਲ ਤਰੀਕੇ ਨਾਲ ਕੰਟਰੋਲ ਰੱਖਿਓ ਕਿ ਕੋਈ ਫਲੱਡ ਗੇਟ ਨਾ ਖੋਲ੍ਹਣੇ ਪੈਣ। ਉਹ ਮੁੱਖ ਮੰਤਰੀ ਦੇ ਤੌਰ 'ਤੇ ਮੇਰਾ ਫਰਜ਼ ਬਣਦਾ, ਉਹ ਮੈਂ ਨਿਭਾ ਰਿਹਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।